ਹਾਂਜੀ ਬੇਟਾ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜਮਾਤ 10ਵੀਂ ਲਈ ਟਰਮ 2 ਪ੍ਰੀਖਿਆ ਦੀ ਡੇਟਸ਼ੀਟ ਬੇਟਾ ਬੜੀ ਆਪਾਂ ਨੂੰ ਉਡੀਕ ਸੀਗੀ ਇਸ ਦੀ ਤਾਂ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਰੀਆਂ ਹਦਾਇਤਾਂ ਤੇ ਤੁਹਾਡੀ ਟਰਮ 2 ਦੀ ਡੇਟਸ਼ੀਟ ਸਮੇਤ ਓਪਨ ਸਕੂਲ ਵਾਧੂ ਵਿਸ਼ਾ ਰਿਪੇਅਰ ਠੀਕ ਹੈ ਸਭ ਦੀ ਡੇਟਸ਼ੀਟ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਚਲੋ ਤਾਂ ਜਿਹੜੀ ਇਹ ਪ੍ਰੀਖਿਆ ਬੇਟਾ ਟਰਮ 2 ਦਸਵੀਂ ਸ਼੍ਰੇਣੀ ਲਈ ਸਵੇਰੇ 10 ਵਜੇ ਸ਼ੁਰੂ ਹੋਏਗੀ ਮਤਲਬ ਸਵੇਰ ਦੇ ਸੈਸ਼ਨ ਵਿੱਚ ਹੋਣੀ ਹੈ ਪ੍ਰੀਖਿਆ ਲਈ ਸਮੇਂ ਜਿਹੜਾ ਵਿਸ਼ੇ ਦੀ ਲੋੜ ਅਨੁਸਾਰ ਹੋਏਗਾ ਵੀ ਵਿਸ਼ਾ ਕਿਹੜਾ ਹੈ ਉਸ ਦੇ ਅਨੁਸਾਰ ਡੇਢ ਘੰਟਾ 2 ਘੰਟਾ 2.5 ਘੰਟੇ ਜਾਂ 3 ਘੰਟੇ ਦਾ ਸਮਾਂ ਹੋਏਗਾ ਪ੍ਰੀਖਿਆਰਥੀ ਨੂੰ ਓਮਰ ਸ਼ੀਟ ਭਰਨ ਲਈ ਵਾਧੂ ਸਮਾਂ ਦਿੱਤਾ ਜਾਏਗਾ ਠੀਕ ਹੈ ਚਲੋ ਅੱਗੇ ਹੈ ਆਪਣੀ ਡੇਟ ਸ਼ੀਟ 29 ਤਰੀਕ ਤੋਂ ਬੇਟਾ ਤੁਹਾਡੇ ਪੇਪਰ ਸ਼ੁਰੂ ਹੋਏ ਨੇ 29 April ਤੋਂ 29 April ਨੂੰ ਤੁਹਾਡਾ ਜਿਹੜਾ ਪੇਪਰ ਹੋਊਗਾ ਪੰਜਾਬੀ A ਦਾ ਹੋਊਗਾ 30 ਤਰੀਕ ਨੂੰ ਜੇ ਕਿਸੇ ਬੱਚੇ ਕੋਲੇ ਸੰਗੀਤ ਬਾਦਨ ਹੈ ਉਸ ਦਾ ਹੋਣਾ ਹੈ 2 5 ਨੂੰ ਅੰਗਰੇਜ਼ੀ ਵਿਸ਼ੇ ਦਾ 2 ਮਈ ਨੂੰ 4 ਮਈ ਨੂੰ ਯਾਨੀ ਕਿ 1 3 ਮਈ ਦੀ ਛੁੱਟੀ 4 ਮਈ ਨੂੰ ਵਿਗਿਆਨ ਵਿਸ਼ੇ ਦਾ 5 ਮਈ ਨੂੰ ਜੇ ਸੰਗੀਤਾ ਵਾਲਾ ਕਿਸੇ ਕੋਲੇ ਹੈ ਬੇਟਾ ਉਸ ਦਾ ਹੋਊਗਾ ਜਾਂ ਫਿਰ 6 ਮਈ ਨੂੰ ਪੰਜਾਬੀ B ਦਾ ਹੋਊਗਾ 7 ਮਈ ਨੂੰ ਚੌਥਾ ਵਿਸ਼ਾ ਜਿਹੜਾ ਵੀ ਤੁਹਾਡੇ ਕੋਲ ਹੈ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ ਜਿੰਨਾਂ ਬੱਚਿਆਂ ਕੋਲ ਹੈ ਉਹਨਾਂ ਦਾ ਹੋਏਗਾ ਕਟਾਈ ਤੇ ਸਿਲਾਈ ਦਾ ਹੋਏਗਾ ਖੇਤੀਬਾੜੀ ਦਾ ਹੋਏਗਾ ਸਿਹਤ ਵਿਗਿਆਨ ਦਾ ਹੋਏਗਾ ਰਿਪੇਅਰ ਲਈ ਪਸ਼ਾਵਾਂ ਸੰਸਕ੍ਰਿਤ ਉਰਦੂ ਅਰਬੀ ਰਿਪੇਅਰ ਲਈ ਫ੍ਰਾਂਸੀਸੀ ਤੇ ਜਰਮਨ ਠੀਕ ਹੈ ਬੇਟਾ ਜਾਂ ਫਿਰ ਵੋਕੇਸ਼ਨਲ ਵਿਸ਼ੇ ਨੇ ਪ੍ਰੀ ਵੋਕੇਸ਼ਨਲ ਕੰਪਿਊਟਰ ਸਾਇੰਸ ਪ੍ਰੀ ਵੋਕੇਸ਼ਨਲ ਇਹ ਕੰਪਿਊਟਰ ਸਾਇੰਸ ਬੇਟਾ ਰੈਗੂਲਰ ਵਿਸ਼ਾ ਜ਼ਰੂਰੀ ਵਿਸ਼ਾ ਨਹੀਂ ਹੈਗਾ ਵੋਕੇਸ਼ਨਲ ਦੇ ਵਿੱਚ ਹੈ ਠੀਕ ਹੈ ਰੀਪੇਅਰ ਐਂਡ ਮੇਨਟੇਨੈਂਸ ਹਾਊਸ ਆਫ ਹਾਊਸਹੋਲਡ ਇਲੈਕਟ੍ਰੀਸ਼ੀਅਨ ਅਪਲਾਈਐਂਸਸ ਇਲੈਕਟ੍ਰੋਨਿਕ ਟੈਕਨੋਲੋਜੀ ਠੀਕ ਹੈ ਇਲੈਕਟ੍ਰੋਨਿਕ ਟੈਕਨੋਲੋਜੀ ਖੇਤੀ ਪਾਵਰ ਮਸ਼ੀਨਾਂ ਦੀ ਦੇਖਭਾਲ ਤੇ ਮੁਰੰਮਤ ਨੀਟਿੰਗ ਇਹ ਸਾਰੇ ਵਿਸ਼ਿਆਂ ਦਾ ਜਿਹੜੇ ਵੀ ਇੱਥੇ ਲਿਖੇ ਇਹਨਾਂ ਦਾ 7 ਮਈ ਨੂੰ ਪੇਪਰ ਹੋਣਾ ਹੈ ਠੀਕ ਹੈ ਬੇਟਾ 9 ਮਈ ਨੂੰ ਸਮਾਜਿਕ ਵਿਗਿਆਨ ਵਿਸ਼ਾ ਦਾ ਪੇਪਰ ਹੋਏਗਾ 10 ਮਈ ਨੂੰ ਸੰਗੀਤ ਗਾਇਨ ਵਿਸ਼ਾ ਜਿਹਨਾਂ ਕੋਲ ਹੈ ਉਹਨਾਂ ਦਾ ਹੋਏਗਾ 11 ਮਈ ਨੂੰ ਕੰਪਿਊਟਰ ਸਾਇੰਸ ਦਾ ਪੇਪਰ ਤੁਹਾਡਾ 11 ਮਈ ਨੂੰ ਹੋਣਾ ਹੈ 12 ਮਈ ਨੂੰ ਗ੍ਰਹਿ ਵਿਗਿਆਨ ਜਿਹਨਾਂ ਬੱਚੇ ਕੋਲੇ ਹੈ ਉਸ ਦਾ ਹੋਏਗਾ ਤੇ 13 ਮਈ ਨੂੰ 13 ਤਰੀਕ ਨੂੰ 13 ਮਈ ਨੂੰ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਦਾ ਪੇਪਰ ਹੋਣਾ ਹੈ 14 15 ਦੀ ਛੁੱਟੀ 16 ਨੂੰ ਗਣਿਤ ਵਿਸ਼ੇ ਦਾ ਪੇਪਰ ਹੋਣਾ ਹੈ 16 ਮਈ ਨੂੰ ਗਣਿਤ ਦਾ ਪੇਪਰ ਹੋਏਗਾ 17 ਮਈ ਨੂੰ ਬੇਟਾ ਜਿਹੜੇ ਐਨਐਸ ਕਿਊਐਫ ਅਦਿ ਵਿਸ਼ੇ ਚੱਲਦੇ ਨੇ ਠੀਕ ਹੈ ਜੇ ਵੀ ਕਿਸੇ ਕੋਲੇ ਅਪੋਰਚੂਨ ਹੈ ਉਸ ਦਾ ਪੇਪਰ 17 ਨੂੰ ਹੋਏਗਾ ਆਟੋਮੋਬਾਈਲ ਦਾ ਹੋਏਗਾ ਸਿਹਤ ਸੰਭਾਲ ਹੈਲਥ ਕੇਅਰ ਦਾ ਪੇਪਰ ਹੋਏਗਾ ਸੂਚਨਾ ਟੈਕਨੋਲੋਜੀ ਜਾਨੀ ਕਿ ਆਈਟੀ ਵਿਸ਼ੇ ਦਾ ਪੇਪਰ ਵੀ 17 ਮਈ ਨੂੰ ਹੋਏਗਾ ਸੁਰੱਖਿਆ ਸਕਿਉਰਟੀ ਦਾ ਵੀ ਹੋਏਗਾ ਖੂਬਸੂਰਤੀ ਤੇ ਤੰਦਰੁਸਤੀ ਦਾ ਯਾਤਰਾ ਤੇ ਸੈਰਸਪਟਾ ਸਰੀਰਕ ਸਿੱਖਿਆ ਤੇ ਖੇਡਾਂ ਖੇਤੀਬਾੜੀ ਅਪਰਲ ਉਸਾਰੀ ਤੇ ਪਲੰਬਿੰਗ ਇਹ ਜਿਹੜੇ ਵਿਸ਼ੇ ਐਨਐਸਕਯੂਐਫ ਅਧੀਨ ਤੁਹਾਡੇ ਕੋਲੇ ਜੇ ਕਿਸੇ ਬੱਚੇ ਕੋਲੇ ਹੈਗਾ ਇਹਨਾਂ ਚ ਕੋਈ ਵੀ ਵਿਸ਼ਾ ਉਸ ਦਾ ਪੇਪਰ 17 ਤਰੀਕ ਨੂੰ ਹੋਏਗਾ 18 ਤਰੀਕ ਨੂੰ ਜਿਹੜਾ ਪੇਪਰ ਹੋਣਾ ਹੈ 18 ਮਈ ਨੂੰ ਹਿੰਦੀ ਵਿਸ਼ੇ ਦਾ ਪੇਪਰ ਹੋਏਗਾ ਤੇ 19 ਤਰੀਕ ਨੂੰ ਸਿਹਤ ਦੇ ਸਰੀਰਕ ਸਿੱਖਿਆ ਜਿਹੜਾ ਤੁਹਾਡਾ ਲਾਜ਼ਮੀ ਵਿਸ਼ਾ ਹੈ ਉਸ ਦਾ ਪੇਪਰ 19 ਮਈ ਨੂੰ ਹੋਣਾ ਹੈ ਠੀਕ ਹੈ ਬੇਟਾ ਤਾਂ ਅੱਗੇ ਮੋਬਾਈਲ ਫੋਨ ਆਦ ਰੱਖਣ ਦੀ ਮਨਾਈ ਹੈ ਤੁਹਾਨੂੰ ਪਤਾ ਹੀ ਹੈ ਠੀਕ ਹੈ ਤਾਂ ਇਹ ਸੀਗੀ ਬੇਟਾ ਤੁਹਾਡੀ 10ਵੀਂ ਜਮਾਤ ਲਈ ਡੇਟ ਸ਼ੀਟ ਤਾਂ ਤੁਸੀਂ ਇਸ ਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤਾਂ ਇਸੇ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਜਿਹੜੀ ਉਹ ਕਰਨੀ ਹੈ ਥੈਂਕ ਯੂ ਬਟਾ